ਭਾਜਪਾ ਜਾਂ ਮੋਦੀ ਆ, ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਕਾਂਗਰਸ ਦੇ ਵਿੱਚ ਵੀ ਕਾਟੋ ਕਲੇਸ਼ ਕਾਫੀ ਦੇਖਣ ਨੂੰ ਮਿਲਦਾ, ਕਈ ਆਪਣੇ ਪਾਰਟੀਆਂ ਨੂੰ ਛੱਡ ਕੇ ਦੂਜਿਆਂ ਚਲੇ ਗਏ, ਉਹਦੇ ਬਾਰੇ ਕੀ ਕਹੋ? ਪਾਕਿਸਤਾਨ ਦੁਸ਼ਮਣ ਦੇਸ਼ ਆ, ਅਸੀਂ ਇੰਨਾ ਵਪਾਰ ਨਹੀਂ ਕਰ ਸਕਦੇ। ਇਹ ਉਹਨਾਂ ਦੀ ਸੋਚੀ ਸਮਝੀ ਸਾਜਿਸ਼ ਆ। ਜੇ ਇੱਕ ਪ੍ਰਧਾਨ ਮੰਤਰੀ ਨੂੰ 10 ਸਾਲ ਪ੍ਰਧਾਨ ਮੰਤਰੀ ਰਹਿ ਕੇ ਵੀ ਅੱਜ ਧਰਮ ਦਾ ਆਸਰਾ ਲੈਣਾ ਪੈ ਰਿਹਾ, ਮੈਂ ਸਮਝਦਾ ਉਸ ਤੋਂ ਥੱਲੇ ਕੀ ਹੋਰ ਪ੍ਰਧਾਨ ਮੰਤਰੀ ਵੀ ਹੋ ਹੀ ਨਹੀਂ ਸਕਦਾ। ਅਸੀਂ ਅਸੂਲੀ ਤੌਰ ਤੇ ਆਪ ਦੇ ਖਿਲਾਫ ਸੀ, ਹੈ ਤੇ ਰਾਜ। ਸਤਿ ਸ੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝੀ ਸੋਚ ਟੀਵੀ ਤੇ ਮੈਂ ਕਮਲਪਾਲ ਸਿੰਘ, ਤੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਵਿੱਚ, ਤੇ ਜਿੱਥੇ ਅਸੀਂ ਪਹੁੰਚ ਕੇ ਅੱਜ ਗੱਲਬਾਤ ਕਰਾਂਗੇ ਹਲਕਾ ਖਡੂਰ ਸਾਹਿਬ ਦੇ ਵਿੱਚੋਂ ਸਾਂਸਦ ਬਣੇ ਹੋਏ ਮੈਂਬਰ ਸਰਦਾਰ ਜਸਵੀਰ ਸਿੰਘ ਜੀ ਗਿੱਲ ਉਰਫ ਡਿੰਪਾ ਜੀ ਦਾ, ਜਿਹੜੇ ਕਿ ਇਸ ਵੇਲੇ ਸਾਂਸਦ ਮੈਂਬਰ ਰਹੇ ਨੇ, ਅਤੇ ਉਹਨਾਂ ਦੇ ਸਾਂਸਦ ਬਣਨ ਦੇ ਵਿੱਚ ਜਦੋਂ ਉਹਨਾਂ ਨੇ ਇਹ ਸੰਸਦ ਦੀ ਸੀਟ ਜਿੱਤ ਲਈ ਸੀ, ਉਸ ਤੋਂ ਬਾਅਦ ਬਹੁਤ ਇਸ ਇਲਾਕੇ ਲਈ ਕੀ ਕੰਮ ਕੀਤੇ ਅਤੇ ਕਿਹੜੇ ਕਿਹੜੇ ਵਾਅਦੇ ਉਹਨਾਂ ਨੇ ਲੋਕਾਂ ਨਾਲ ਕੀਤੇ ਸੀ, ਅਤੇ ਇਸ ਵੇਲੇ ਸਿਆਸੀ ਜਿਹੜੇ ਸਮੀਕਰਨ ਚੱਲ ਰਹੇ ਨੇ ਚੋਣਾਂ ਨੂੰ ਲੈ ਕੇ, ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਅਤੇ ਜਾਣਦੇ ਹਾਂ ਡਿੰਪਾ ਜੀ ਤੋਂ ਸਭ ਤੋਂ ਪਹਿਲਾਂ ਇਸ ਵੇਲੇ ਦੀ ਮੌਜੂਦਾ ਸਥਿਤੀ। ਡਿੰਪਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ। ਧੰਨਵਾਦ ਜੀ। ਜੀ, ਇਸ ਵੇਲੇ ਜਿਹੜੀ ਕਾਂਗਰਸ ਦੀ ਮੌਜੂਦਾ ਸਥਿਤੀ ਹੈ ਜੀ, ਇਸ ਵੇਲੇ ਖਡੂਰ ਸਾਹਿਬ ਹਲਕਾ ਦੀ, ਉਹਦੇ ਬਾਰੇ ਕੀ ਕਹੋਗੇ? ਕਮਲ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਰੋਤੇ ਜੋ ਆਪਣੇ ਵਧੀਆ ਚੈਨਲ ਦੇਖਦੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸ਼ੁਰੂ ਕਰਦਾ ਚਾਹੁੰਦਾ ਖਡੂਰ ਸਾਹਿਬ ਤੋਂ, ਉਹਦੀ ਪਹਿਲਾਂ ਦੇਸ਼ ਦੀ ਸਥਿਤੀ ਤੋਂ। ਜੀ, ਜੇ ਤੁਸੀਂ ਸਾਰੇ ਦੇਸ਼ ਅਤੇ ਭਾਰਤ ਦੇ ਲੈਵਲ 'ਤੇ ਤੁਸੀਂ ਵੇਖੋ, ਕਾਂਗਰਸ ਅਤੇ ਇੰਡੀਆ ਜਿਹੜਾ ਗੱਠਬੰਧਨ ਆ, ਇਹ ਬਹੁਤ ਉੱਪਰ ਜਾ ਰਿਹਾ। ਜਿੰਨੀ 3 ਫੇਸ ਦੀਆਂ ਚੋਣਾਂ ਹੋਈਆਂ, 3 ਫੇਸ ਦੀਆਂ ਚੋਣਾਂ ਦੇ ਵਿੱਚ ਜਿਹੜਾ ਵਾ ਭਾਜਪਾ ਜਾਂ ਮੋਦੀ ਆ, ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਜੀ। ਕਾਫੀ ਹੱਦ ਤੱਕ ਉਹਨਾਂ ਨੇ ਜਿਹੜੀਆਂ ਸਟੇਟਾਂ 'ਚੋਂ ਜਿਹੜੀ ਉਹਨਾਂ ਦੀ ਸਪੇਸ ਆ ਉਹ ਘਟੀ ਆ, ਅਤੇ ਉਹਨੂੰ ਕਾਂਗਰਸ ਨੇ ਪੂਰਾ ਕੀਤਾ। ਇਹੀ ਸਥਿਤੀ ਅੱਜ ਪੰਜਾਬ ਦੇ ਵਿੱਚ ਆ। ਪੰਜਾਬ ਦੇ ਵਿੱਚ ਕਾਂਗਰਸ ਕਾਫੀ ਮਜ਼ਬੂਤ ਸਥਿਤੀ ਦੇ ਵਿੱਚ ਆ। ਅਜੇ ਕਾਗਜ਼ ਭਰਨੇ ਨੇ, ਕਾਗਜ਼ ਭਰ ਤੋਂ ਪਹਿਲਾਂ ਹੀ ਜਿਹੜਾ ਮੈਨੂੰ ਕਾਫੀ ਐਜ ਜਿਹੜਾ ਵਾ ਕਾਂਗਰਸ ਦੀ ਬੜਤ ਜਿਹੜੀ ਆ ਉਹ ਦਿਖ ਰਹੀ ਹੈ। ਆਪਾਂ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਦੇ ਵਿੱਚ ਹੁਣ 5 ਕੋਦਾ ਮੁਕਾਬਲਾ ਜਿਹੜਾ ਵਾ ਮੈਨੂੰ ਬਣਦਾ ਦਿਸ ਰਿਹਾ ਹੈ, ਜਿਹਦੇ ਵਿੱਚ ਕਾਂਗਰਸ ਸਾਰਿਆਂ ਤੋਂ ਅੱਗੇ ਆ। ਫਿਰ ਇਹ ਜਿਹੜੀ ਚੋਣ ਆ, ਜਿਹੜੀ ਇਹ ਇਲੈਕਸ਼ਨ ਆ, ਇਹ ਕਾਂਗਰਸ ਦੀ ਮੈਂ ਸਮਝਦਾ ਵਾਂ ਕਿ ਆਪ ਦੇ ਨਾਲ ਇੱਥੇ ਜਿਹੜੀ ਲੜਾਈ ਆ, ਪਰ ਆਪ ਕਾਫੀ ਪਿੱਛੇ ਆ। ਅਕਾਲੀ ਦਲ ਆਪਣਾ ਜੇ ਉਹ ਉਹਨਾਂ ਦਾ ਵੋਟ ਬੈਂਕ ਹੈ ਜਿਹੜਾ ਪੱਕਾ ਵੋਟ ਬੈਂਕ ਆ, ਮੈਂ ਸਮਝਦਾ ਵੀ ਅਕਾਲੀ ਦਲ ਨੂੰ ਉਹ ਵੋਟ ਬੈਂਕ ਆਪਣਾ ਬਚਾ ਕੇ ਰੱਖ ਲੈਣ, ਇਹ ਇੱਕ ਉਹਨਾਂ ਲਈ ਬੜੀ ਵੱਡੀ ਕਾਮਯਾਬੀ ਜਿਹੜੀ ਅਕਾਲੀ ਦਲ ਦੀ ਹੋਏਗੀ ਜੀ। ਸੋ ਇੱਕ ਇਹ ਪੰਥਕ ਸੀਟ ਹੈ, ਇਹ 42 ਸਾਲ ਬਾਅਦ ਜਿਹੜੀ ਮੈਂ 2019 ਦੇ ਵਿੱਚ ਇਸ ਨੂੰ ਤਕਰੀਬਨ 1.5 ਲੱਖ ਵੋਟ ਦੇ ਨਾਲ ਜਿੱਤਿਆ ਸੀ ਜੀ। ਅਤੇ ਮੈਂ ਸਮਝਦਾ ਕਿ ਇਹੀ ਜਿਹੜਾ ਰੁਝਾਨ ਆ ਜਿਹੜਾ ਉਹ ਐਰਕਾ ਇਹਨਾਂ ਚੋਣਾਂ ਦੇ ਵਿੱਚ ਵੀ ਰਹੇਗਾ ਜੀ। ਤੁਸੀਂ ਗੱਲ ਕਰੀ ਕਿ ਇਸ ਵੇਲੇ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਿੱਛੇ ਚੱਲ ਰਹੀ ਆ,
ਤਾਂ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਕਾਂਗਰਸ ਦੇ ਵਿੱਚ ਵੀ ਕਾਟੋ ਕਲੇਸ਼ ਕਾਫੀ ਦੇਖਣ ਨੂੰ ਮਿਲਦਾ, ਕਈ ਆਪਣੇ ਪਾਰਟੀਆਂ ਨੂੰ ਛੱਡ ਕੇ ਦੂਜਿਆਂ 'ਚ ਚਲੇ ਗਏ, ਉਹਦੇ ਬਾਰੇ ਕੀ ਕਹੋਗੇ? ਦੇਖੋ ਇਹ ਨਾ ਕਮਲ ਜੀ, ਇੱਕ ਹਰਿਆਣਾ ਅਤੇ ਗੋਆ ਦੇ ਵਿੱਚ ਬੜੀ ਪ੍ਰਚਲਿਤ ਸੀ ਗੱਲ ਜੀ, ਆਇਆ ਰਾਮ ਗਿਆ ਰਾਮ ਜੀ, ਅਤੇ ਪੰਜਾਬ ਦੇ ਵਿੱਚ ਹਮੇਸ਼ਾ ਲੋਕ ਇਹ ਮੰਨਦੇ ਸੀ ਕਿ ਧਰਮ ਤੋਂ ਧੜਾ ਪਿਆਰਾ ਹੁੰਦਾ ਜੀ, ਮਤਲਬ ਜਿਹੜੀ ਵਚਨਬੱਧਤਾ ਸੀ ਉਹਨੂੰ ਇੰਨਾ ਪੰਜਾਬੀ ਜਿਹੜੇ ਆ ਤਰਜੀਹ ਦਿੰਦੇ ਸੀ। ਪਰ ਮੈਂ ਆ ਪਹਿਲੇ ਸਮੇਂ ਦੇ ਵਿੱਚ ਵੇਖਿਆ ਕਿ ਲੋਕਾਂ ਸਾਰੀ ਸ਼ਰਮੀ ਲਾ ਲਈ ਆ, ਰਿੰਕੂ ਜੀ ਆਏ ਉਹ ਆਪਦੀ ਟਿਕਟ ਸਮੇਤ ਭੱਜ 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 ਗਏ ਜੀ, ਕੋਈ ਇੱਧਰੋਂ ਉੱਧਰ ਭੱਜ ਗਿਆ, ਮਤਲਬ ਕੋਈ ਸ਼ਰਮ ਹਿਆ ਨਾਂ ਦੀ ਮੈਂ ਸਮਝਦਾ ਚੀਜ਼ ਨਹੀਂ ਬਚੀ। ਲੋਕ ਇਹਨਾਂ ਦਲ ਬਦਲੋਂ ਨੂੰ ਅਮੈਰੀਕਾ ਸਖ਼ਤ ਚੰਗੀ ਤਰ੍ਹਾਂ ਸਬਕ ਸਿਖਾਉਣਗੇ, ਮੈਨੂੰ ਇੱਕ ਵੀ ਦਲ ਬਦਲੂ ਜਿਹੜਾ ਵਾ ਉਹ ਸਿਰੇ ਲੱਗਦਾ ਦੀਦਾ ਨਹੀਂ ਗਿਆ ਜੀ। ਅਤੇ ਇੱਥੇ ਜੇ ਹੁਣ ਆਪਾਂ ਦੇਖਦੇ ਹਾਂ ਜੀ, ਇਸ ਵੇਲੇ ਲੁਧਿਆਣਾ ਸੀਟ ਵੀ ਜਿਹੜੀ ਹੈ ਇੱਕ ਇੱਜ਼ਤ ਦਾ ਸਵਾਲ ਹੁੰਦਾ ਜਾਂਦਾ ਕਾਂਗਰਸ ਵਾਸਤੇ, ਅਤੇ ਜਿਹੜੇ ਉੱਥੋਂ ਦੇ ਸੰਸਦ ਮੈਂਬਰ ਸੀ ਰਵਨੀਤ ਸਿੰਘ ਬਿੱਟੂ ਉਹ ਭਾਜਪਾ ਚਲੇ ਗਏ ਨੇ, ਅਤੇ ਦੂਜੇ ਪਾਸੇ ਸੂਬਾ ਪ੍ਰਧਾਨ ਰਾਜਾ ਵੜਿੰਗ ਜੀ ਉੱਥੇ ਪਹੁੰਚ ਗਏ ਨੇ, ਅਤੇ ਮੁਕਾਬਲਾ ਜਿਹੜਾ ਦਿਲਚਸਪ ਹੋ ਗਿਆ, ਕੀ ਲੱਗਦਾ ਵੀ ਬਾਜੀ ਕੌਣ ਮਾਰੂ ਫਿਰ? ਦੇਖੋ ਕਾਂਗਰਸ ਜਿਹੜੇ ਆ ਉਹ ਦਲ ਬਦਲਵਾਂ ਨੂੰ ਸਬਕ ਸਿਖਾਉਣ ਵਾਸਤੇ ਉਹਨਾਂ ਨੇ ਕਮਰ ਕੱਸੇ ਕੱਸ ਰਹੇ ਜੀ। ਰਾਜਾ ਵੜਿੰਗ ਇੱਕ ਬਹੁਤ ਵਧੀਆ ਨੌਜਵਾਨ ਆਗੂ ਆ ਜੀ, ਜਿਨ੍ਹਾਂ ਨੇ ਜਿਨ੍ਹਾਂ ਦੀ ਹਮੇਸ਼ਾ ਸੰਘਰਸ਼ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਜ਼ਿੰਦਗੀ ਲੰਘੀ ਆ। ਮੈਨੂੰ ਯਾਦ ਆ ਮੈਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਸੀ ਅਤੇ ਉਸ ਵੇਲੇ ਰਾਜਾ ਵੜਿੰਗ ਜੀ ਨੂੰ ਮੈਂ ਆਪਣੇ ਹੱਥੀਂ ਬਲਾਕ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਜੀ। ਉਹਨਾਂ ਨੇ ਬਾਦਲਾਂ ਨਾਲ ਬਹੁਤ ਲੰਬੀ ਅਤੇ ਵੱਡੀ ਲੜਾਈ ਲੜੀ ਅਤੇ ਕਾਮਯਾਬੀ ਲਈ, ਤਾਂ ਉਹ ਹਮੇਸ਼ਾ ਜਿਹੜੇ ਚੈਲੇਂਜਸ ਆ ਉਹਨਾਂ ਨੂੰ ਕਬੂਲਦੇ ਆਏ ਆ ਅਤੇ ਉਹਨਾਂ ਨੂੰ ਇੱਕ ਸਿਰ ਉੱਚਾ ਕਰਕੇ ਉਹਨਾਂ 'ਚੋਂ ਨਿਕਲਦੇ ਆਏ। ਅਤੇ ਰਾਜਾ ਵੜਿੰਗ ਜੀ ਜਿਹੜਾ ਇਹ ਲੁਧਿਆਣੇ ਜਿਸ ਢੰਗ ਦੇ ਨਾਲ ਉਹਨਾਂ ਨੂੰ ਸਪੋਰਟ ਮਿਲ ਰਹੀ ਆ, ਜਿਸ ਢੰਗ ਦੇ ਨਾਲ ਲੋਕ ਉਹਨਾਂ ਦੇ ਨਾਲ ਚੱਲ ਰਹੇ ਆ, ਮੈਂ ਸਮਝਦਾ ਕਿ ਉਹ ਇਸ ਜਿਹੜਾ ਵੱਡਾ ਚੈਲੇਂਜ ਆ ਇਹਚੋਂ ਵੀ ਜਿਹੜਾ ਵਾ ਕਾਮਯਾਬ ਹੋ ਕੇ ਬਾਹਰ ਆਉਣਗੇ ਜੀ। ਇਸ ਦੇ ਨਾਲ ਨਾਲ ਇੱਕ ਸਵਾਲ ਹੋਰ ਵੀ ਉੱਠਿਆ ਜੀ ਕਿ ਬਠਿੰਡਾ ਦੀ ਸੀਟ ਦੇ ਉੱਤੇ ਜਿਹੜਾ ਸੌਦੇਬਾਜ਼ੀ ਕਰ ਲਏਗੀ, ਖਾਸ ਕਰਕੇ ਕਾਂਗਰਸ ਦੇ ਉੱਤੇ ਦੋਸ਼ ਲੱਗੇ? ਦੇਖੋ ਇਹੋ ਜੀ ਕੋਈ ਗੱਲ ਨਹੀਂ ਹੈ, ਸਭ ਤੋਂ ਕਾਂਗਰਸ ਕੋਲ ਤਕੜਾ ਇਸ ਵੇਲੇ ਉੱਥੇ ਉਮੀਦਵਾਰ ਪੈਬੀ ਸਿੱਧੂ। ਪੈਬੀ ਸਿੱਧੂ ਉਹ ਨੇ ਜਿਨ੍ਹਾਂ ਨੇ ਇੰਡੀਪੈਂਡੈਂਟ ਵੀ ਚੋਣ ਜਿਹੜੀ ਆ ਉਹਦਾ ਤਲਵੱਡੀ ਸਾਬੋ ਤੋਂ ਲੜੀ। ਤਲਵੱਡੀ ਸਾਬੋ ਬਠਿੰਡੇ ਦਾ ਇੱਕ ਹਲਕਾ ਵਾ ਅਤੇ ਉੱਥੇ ਵੀ ਜਿਹੜੀ ਆ ਬਹੁਤ ਵਧੀਆ ਪੈਬੀ ਸਿੱਧੂ ਲੜਾਈ ਦੇ ਰਹੇ ਆ, ਅਤੇ ਮੈਂ ਸਮਝਦਾ ਕਿ ਉੱਥੇ ਵੀ ਅਕਾਲੀ ਦਲ ਨੂੰ ਸ਼ਿਕਸ਼ਤ ਦੇ ਕੇ ਉਹ ਅੱਗੇ ਆਉਣਗੇ ਜੀ। ਅਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਸੰਸਦ ਮੈਂਬਰ ਹੋ, ਜਦੋਂ 2019 'ਚ ਸੰਸਦ ਬਣ ਗਏ ਸੀ, ਕਿਉਂਕਿ ਤੁਸੀਂ ਮੁੱਢ ਤੋਂ ਜਿਹੜੀ ਲੀਡਰੀ ਆ ਤੁਹਾਡੇ ਘਰ 'ਚ ਚੱਲਦੀ ਰਹੀ ਆ, ਚਾਹੇ ਸਰਪੰਚੀ ਨਾਲ ਹੈ ਚਾਹੇ MLA ਦੇ ਨਾਲ ਹੈ, ਉਸ ਤੋਂ ਬਾਅਦ ਸੰਸਦ ਵੀ ਹੋ ਤੁਸੀਂ, ਤਾਂ ਇਸ ਦੇ ਮਾਮਲੇ ਵਿੱਚ ਤੁਸੀਂ ਖਡੂਰ ਸਾਹਿਬ ਲਈ ਕਿੰਨੇ ਕੁ ਪ੍ਰੋਜੈਕਟ ਜਿਹੜੇ ਨੇ ਉਹ ਲੈ ਕੇ ਆਉਂਦੇ? ਦੇਖੋ ਮੈਨੂੰ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਆਦਮੀ ਨੂੰ ਆਪਣੇ ਤਸੱਲੀ ਹੋਵੇ ਜੀ, ਆਪਣੇ ਕੰਮ ਕਾਰ 'ਤੇ ਤਸੱਲੀ ਹੋਵੇ, ਅਤੇ ਉਹਨੂੰ ਉਹਦੀ ਜ਼ਮੀਰ ਸ਼ਾਦੀ ਭਰਦੀ ਹੋਵੇ ਤੁਸੀਂ ਠੀਕ ਕੰਮ ਕੀਤਾ ਜੀ, ਅਤੇ ਮੈਂ ਸਮਝਦਾ ਕਿ ਮੈਂ ਉਸ ਦੇ ਉੱਤੇ ਪੂਰਾ ਉਤਰਿਆ ਅਤੇ ਲੋਕ ਵੀ ਇਸ ਗੱਲ ਨੂੰ ਮੰਨਦੇ। ਜੇ ਤੁਸੀਂ ਪ੍ਰੋਜੈਕਟਸ ਦੀ ਗੱਲ ਕਰ ਲਓ
ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਮੇਰਾ ਸੀ ਉਹ ਹੈਗਾ ਮੈਡੀਕਲ ਕਾਲਜ ਦਾ ਕਪੂਰਥਲੇ ਲੈ ਕੇ ਆਉਣਾ ਜੀ, ਲਾਅ ਯੂਨੀਵਰਸਿਟੀ ਨੂੰ ਪੱਟੀ ਲੈ ਕੇ ਆਉਣਾ ਜੀ, ਇਹ ਗੌਰਮੈਂਟ ਡਿਗਰੀ ਕਾਲਜ ਨੂੰ ਸ਼ਹਿਬਾਜਪੁਰ ਤਰਨ ਤਾਰਨ ਲੈ ਕੇ ਆਉਣਾ ਜੀ, ਇਹ ਹੋਸਪਿਟਲ ਨਵਾਂ ਹੋਸਪਿਟਲ ਕੇਂਦਰ ਸਰਕਾਰ ਤੋਂ ਉਹ ਤਰਨ ਤਾਰਨ ਲੈ ਕੇ ਆਉਣਾ, ਇਹ ਤਾਂ ਹੋ ਗਈ ਸਿਹਤ ਸੇਵਾਵਾਂ ਅਤੇ ਐਜੂਕੇਸ਼ਨ ਦੀ ਗੱਲ ਜੀ। ਦੂਜਾ ਜਿਹੜੀ ਸਾਡੀ ਖਾਲੜਾ ਦਿੱਲੀ ਐਕਸਪ੍ਰੈਸ ਵੇ ਬਣ ਰਹੀ ਆ ਜੀ, ਇਹ ਪਿੱਛੋਂ ਹੀ ਕਰਤਾਰਪੁਰ ਤੋਂ ਮੁੜ ਕੇ ਅਤੇ ਇਹਦਾ ਇਹਨੇ ਪਠਾਨਕੋਟ ਚਲੇ ਜਾਣਾ ਸੀ ਜੀ, ਉਸ ਨੂੰ ਮੈਂ ਸੁਲਤਾਨਪੁਰ ਲੋਧੀ ਥਾਈ ਟੱਚ ਕਰਦੇ ਹੋਏ ਗੋਦਵਾਲ ਤਰਨ ਤਾਰਨ ਟਾਂਗਰੇ ਤੋਂ ਇਹਨੂੰ ਇਹਦੀ ਅਲਾਈਨਮੈਂਟ ਚੇਂਜ ਕਰਵਾ ਕੇ ਇਹਨੂੰ ਮੈਂ ਆਪਣੇ ਹਲਕੇ ਨੂੰ ਇਹਦਾ ਹਿੱਸਾ ਬਣਾਇਆ ਜੀ। ਜਿਹੜੀ ਬਿਆਸ ਤੋਂ ਬਟਾਲਾ 6 ਲੇਨ ਪ੍ਰੋਜੈਕਟ ਆ ਉਹ ਅਪਰੂਵ ਕਰਾਇਆ, ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਜੀ। ਅੰਮ੍ਰਿਤਸਰ ਤੋਂ ਵਾਇਆ ਮਹਿਤਾ ਹੁੰਦੇ ਹੋਏ ਸ੍ਰੀ ਹਰਗੋਬਿੰਦਪੁਰ ਟਾਂਡਾ 4 ਲੇਨ ਪ੍ਰੋਜੈਕਟ ਨੂੰ ਮੈਂ ਅਪਰੂਵ ਕਰਾਇਆ ਜੀ। ਜਿਹੜੀ ਸਭ ਤੋਂ ਵੱਡੀ ਗੱਲ ਆ 800 ਕਿਲੋਮੀਟਰ ਦੇ ਕਰੀਬ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਵਿੱਚ ਮੈਂ ਸੜਕਾਂ ਮਨਜ਼ੂਰ ਜਿਹੜੀਆਂ ਕਰਵਾਈਆਂ ਜੀ। ਇਹ ਪਹਿਲੀ ਵਾਰ ਹੋਇਆ ਕਿ 6000 ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਇੱਥੇ ਜਿਹੜੇ ਸਾਡੇ ਮੈਂ ਮਕਾਨ ਲੈ ਕੇ ਆਇਆ, 1100 ਐਸਾ ਪੇਸ਼ੀਐਂਟ ਆ, ਇਹ ਇੰਡੀਆ ਦਾ ਰਿਕਾਰਡ ਆ ਕਿ ਇੱਕ ਹਲਕੇ ਇਹਦੇ ਇਹਨਾਂ ਨੂੰ ਮਾਲੀ ਮਦਦ ਦਿੱਤੀ 1 ਲੱਖ ਤੋਂ ਲੈ ਕੇ 5 ਲੱਖ ਰੁਪਈਆ, ਇਹ ਰਿਕਾਰਡ ਬੋਲਦਾ, ਇੰਨੀ ਸਾਰੇ ਇੰਡੀਆ 'ਚ ਕਿਸੇ ਹਲਕੇ ਨੂੰ ਇੰਨਾ ਕੁਛ ਨਹੀਂ ਮਿਲਿਆ। ਇਸ ਤੋਂ ਇਲਾਵਾ ਜਿਹੜਾ ਪਾਸਪੋਰਟ ਆਫਿਸ ਤਰਨ ਤਾਰਨ ਅਪਰੂਵਲ ਕਰਾਇਆ ਜਿਹਦੀ ਹੁਣ ਕੇਂਦਰ ਵੱਲੋਂ ਸਾਰੀ ਅਪਰੂਵਲ ਆ ਗਈ ਆ, ਪੰਜਾਬ ਸਰਕਾਰ ਨੇ ਜਗ੍ਹਾ ਮੁਹੱਈਆ ਕਰਨੀ ਜਿੱਦਣ ਕਰ ਦਿੰਦੇ ਉਹ ਵੀ ਹੋ ਜਾਂਦਾ, ਪੱਟੀ ਤੋਂ ਫਿਰੋਜ਼ਪੁਰ ਰੇਲ ਲਿੰਕ ਦੀ ਅਪਰੂਵਲ ਕਰਾਈ, ਸੁਲਤਾਨਪੁਰ ਲੋਧੀ ਕਪੂਰਥਲਾ ਬਿਆਸ ਤਰਨ ਤਾਰਨ ਇਹ ਰੇਲਵੇ ਜਿਹੜੇ ਰੇਲਵੇ ਸਟੇਸ਼ਨ ਆ ਉਹਨੂੰ ਅੰਮ੍ਰਿਤ ਭਾਰਤ ਦੇ ਅਧੀਨ ਇਹਨਾਂ ਦੇ ਵਿੱਚ ਨਵੇਂ ਬਣਨੇ ਸ਼ੁਰੂ ਹੋਏ ਜੀ। ਸੋ ਮਤਲਬ ਮੇਰੀ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਵੇਖ ਲਓ, ਮੈਂ ਇੱਕ ਵਾਹਦ ਸਾਂਸਦ ਆ ਜਿਹਨੂੰ 4 ਕਮੇਟੀਆਂ ਦਾ ਮੈਂਬਰ ਬਣਾਇਆ ਗਿਆ, ਅਤੇ ਉਹ ਤੁਹਾਡੀ ਪਰਫੋਰਮੈਂਸ ਵੇਖ ਕੇ ਤੁਹਾਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਜੀ। 93% ਮੇਰੀ ਹਾਜ਼ਰੀ ਹੈ, ਨੈਸ਼ਨਲ ਲੈਵਲ ਤੋਂ ਵੱਧ ਮੈਂ ਸਵਾਲ ਪੁੱਛੇ, ਨੈਸ਼ਨਲ ਲੈਵਲ ਤੋਂ ਟ੍ਰਿਪਲ ਮੈਂ ਡਿਬੇਟਾਂ ਦੇ ਵਿੱਚ ਜਿਹੜਾ ਵਾ ਉਹ ਸ਼ਮੂਲੀਅਤ ਕੀਤੀ, ਆਪਣੇ ਇਲਾਕੇ ਦੇ ਜਿਹੜੇ ਵੱਖ ਵੱਖਰੇ ਮੁੱਦੇ ਜਿਹੜੇ ਆ ਮੈਂ ਉਹ ਚੁੱਕੇ ਆ ਜੀ। ਇਸ ਤੋਂ ਇਲਾਵਾ ਜਿਹੜੀਆਂ ਪ੍ਰਾਈਵੇਟ ਮੈਂਬਰਸ ਬਿੱਲ ਜਿਹੜਾ ਆ ਬਰਾਤੀ ਜਿਹੜੇ ਆ ਉਹਨਾਂ ਨੂੰ 50 ਦੇ ਉੱਤੇ ਕੀਤਾ ਜਾਵੇ ਅਤੇ 10 ਤੋਂ ਵੱਧ ਡਿਸ਼ਿਜ ਨਾ ਲਿਆਉਂਦੀਆਂ ਜਾਣ ਜੀ, ਇਹ ਜਿਹੜਾ ਬਿੱਲ ਮੈਂ ਪ੍ਰਾਈਵੇਟ ਮੈਂਬਰਸ ਬਿੱਲ ਲੈ ਕੇ ਆਇਆ। ਉਹਨਾਂ ਤੋਂ ਇਲਾਵਾ ਹੋਰ ਵੀ ਅਸੀਂ ਮੈਂ ਸੂਤਰਧਾਰ ਬਣਿਆ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਜਿੰਨੇ ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਜ਼ਿਲ੍ਹੇ ਆ ਉਹਨਾਂ ਦੇ MPs ਨੂੰ ਇਕੱਠਿਆਂ ਕੀਤਾ, ਅਸੀਂ ਇਹ ਬੜੇ ਤਕੜੇ ਕਰਕੇ ਸਰਕਾਰ 'ਤੇ ਪ੍ਰੈਸ਼ਰ ਬਣਾਇਆ, ਕੱਟ ਅਕਰੋਸ ਦਾ ਪਾਰਟੀ ਲਾਈਨ, ਉਹ 'ਚ BJP ਦੇ ਸੀ, ਉਹ 'ਚ ਕਾਂਗਰਸ ਦੇ ਵੀ ਸੀ, ਉਹ 'ਚ ਹੋਰ ਵੀ ਪਾਰਟੀਆਂ ਦੇ ਸੀ ਜੀ।
ਉਹਦਾ ਸਾਡਾ ਮਕਸਦ ਸੀ ਕਿ ਜਿੰਨੇ ਬਾਰਡਰ ਦੇ ਜ਼ਿਲ੍ਹੇ ਆ, ਜਿੱਦਾਂ ਹਿਮਾਚਲ, ਜੰਮੂ ਕਸ਼ਮੀਰ, ਉੱਤਰਾਂਚਲ ਨੂੰ ਸਪੈਸ਼ਲ ਸਟੇਟਸ ਦਿੱਤਾ, ਇੰਡਸਟਰੀ ਨੂੰ ਬਹੁਤ ਰਹਿਤਾਂ ਦਿੱਤੀਆਂ, ਐਕਸੋਲੀਡੇਟ ਦਿੱਤਾ, ਵੀ ਇਹਨਾਂ ਸਾਡੇ ਜ਼ਿਲ੍ਹਿਆਂ ਨੂੰ ਜਿਹੜਾ ਵਾ ਉਹ ਉਹਦੇ ਅੰਦਰ ਸ਼ਾਮਿਲ ਕੀਤਾ ਜਾਵੇ, ਉਹ ਸਾਡੇ ਇੱਥੇ ਲਾਗੂ ਕੀਤਾ ਜਾਵੇ ਜੀ। ਖਾਲੜਾ ਅਤੇ ਜਿਹੜਾ ਅਟਾਰੀ ਬਾਰਡਰ ਆ ਇਹਨੂੰ ਖੁਲਵਾਉਣ ਵਾਸਤੇ ਬਹੁਤ ਅਸੀਂ ਉੱਦਮ ਕੀਤਾ। ਤੁਸੀਂ ਯਾਦ ਹੋਣਾ ਲਾਸਟ ਸੈਸ਼ਨ ਦੇ ਵਿੱਚ ਹੀ ਅਨੁਪ੍ਰਿਆ ਪਟੇਲ ਇਹਨਾਂ ਦੇ ਮਿਨਿਸਟਰ ਆ, ਮੈਂ ਇਸ ਗੱਲ ਦਾ ਸਵਾਲ ਲਾਇਆ ਕਿ ਤੁਸੀਂ ਇਹਨੂੰ ਬਾਰਡਰ ਨੂੰ ਕਿਉਂ ਨਹੀਂ ਖੋਲਦੇ, ਅਤੇ ਉਹ ਕਹਿਣ ਲੱਗੇ, ਉਹਨਾਂ ਨੇ ਸੰਸਦ ਦੇ ਵਿੱਚ ਜਵਾਬ ਦਿੱਤਾ ਭਾਈ ਜੀ ਇਹ ਪਾਕਿਸਤਾਨ ਦੁਸ਼ਮਣ ਦੇਸ਼ ਆ, ਅਸੀਂ ਇੰਨਾ ਵਪਾਰ ਨਹੀਂ ਕਰ ਸਕਦੇ। ਅਤੇ ਮੈਂ ਨਾਲ ਹੀ ਦੂਜਾ ਸਵਾਲ ਕੀਤਾ ਕਿ ਤੁਸੀਂ ਜਿਹੜਾ ਵਾ ਹੋਰ ਕਿਸੇ ਤੋਂ ਇਹ ਵਪਾਰ ਹੋ ਰਿਹਾ, ਹੋਰ ਕਿਸੇ ਲੈਂਡ ਰਾਹੀਂ, ਪਾਣੀ ਰਾਹੀਂ ਜਾਂ ਜਹਾਜ਼ ਰਾਹੀਂ? ਉਹ ਕਹਿਣ ਲੱਗੇ ਜੀ ਗੁਜਰਾਤ ਦੇ ਮੁੰਦਰਾ ਪੋਰਟ ਤੋਂ ਹੋ ਰਿਹਾ। ਅਤੇ ਮੈਂ ਉੱਥੇ ਗੱਲ ਕਹੀ ਕਿ ਪਾਕਿਸਤਾਨ ਇਕੱਲੇ ਪੰਜਾਬ ਦਾ ਦੁਸ਼ਮਣ ਹੈ, ਉੱਥੇ ਭਾਰਤ ਦਾ ਦੁਸ਼ਮਣ ਹੈ ਜੀ, ਬਿਲਕੁਲ, ਜੇ ਗੁਜਰਾਤ ਤੋਂ ਟ੍ਰੇਡ ਹੋ ਸਾਡਾ ਅਤੇ ਪੰਜਾਬ ਚੋਂ ਕਿਉਂ ਨਹੀਂ? ਸੋ ਇਹੋ ਜਿਹੇ ਨਿੱਕਾ ਮਸਲੇ ਸੀ ਜਿਹੜੇ ਮੈਂ ਜਿਹੜੇ ਇਹਨਾਂ ਨੂੰ ਚੁੱਕਿਆ। ਦੇਖੋ ਸਾਹਿਬ, ਗੱਲ ਹੁਣ ਇਹ ਹੈ ਕਿ ਇਸ ਵੇਲੇ ਚੋਣ ਸਮੀਕਰਨ ਬੜਾ ਜ਼ਬਰਦਸਤ ਬਣਿਆ ਹੋਇਆ, ਖਡੂਰ ਸਾਹਿਬ ਦੇ ਵਿੱਚ ਵੀ ਜਿਹੜਾ ਹੁਣ ਮੁਕਾਬਲਾ ਫਸਮਾ ਹੁੰਦਾ ਜਾਪਦਾ, ਕਿਉਂਕਿ ਵਿਰਸਾ ਸਿੰਘ ਬਲਤੋਹਾ ਵੀ ਜਿਹੜੇ ਨੇ ਉਹ ਲਗਾਤਾਰ ਚੁਣੌਤੀਆਂ ਦੇ ਰਹੇ ਨੇ। ਅਤੇ ਦੂਜੇ ਪਾਸੇ ਅਸੀਂ ਜੇ ਗੱਲ ਕਰਦੇ ਹਾਂ ਤਾਂ ਅੰਮ੍ਰਿਤਪਾਲ ਸਿੰਘ ਜੀ ਵੀ ਚੋਣ ਦੇ ਵਿੱਚ ਆ ਗਏ ਨੇ, ਤਾਂ ਕਿਵੇਂ ਦੇਖਦੇ ਹੋ ਕਿ ਸਮੀਕਰਨ ਬਦਲਣਗੇ ਜਾਂ ਨਹੀਂ? ਕਿਉਂਕਿ ਇਹਦੇ ਮੁਕਾਬਲੇ 'ਚ ਇੱਕ ਹੈ ਕਿ ਜਦੋਂ ਤੁਸੀਂ ਪਹਿਲਾਂ ਸੰਸਦ ਜਿੱਤੀ ਆ ਤਾਂ ਤੁਸੀਂ 4-4.5 ਲੱਖ ਤੋਂ ਉੱਪਰ ਵੋਟ ਤੁਹਾਡੀ ਜਿਹੜੀ ਉਸ ਵਿੱਚ ਗਈ ਆ, ਅਤੇ ਕਾਫੀ ਵੱਡੇ ਫਰਕ ਨਾਲ ਜਿੱਤੇ। ਅਤੇ ਜਦੋਂ ਦੂਜੇ ਪਾਸੇ ਦੇ ਲਾਸਟ ਵਿੱਚ ਦੇਖਦੇ ਆ ਤਾਂ ਬੀਬੀ ਖਾਲੜਾ ਨੂੰ ਵੀ ਜਿਹੜੀ ਆ 2.25 ਲੱਖ ਦੇ ਲਗਭਗ ਵੋਟ ਪੈ ਗਏ ਸੀ, ਪਰ ਹੁਣ ਜਿਹੜੇ ਸਮੀਕਰਨ ਬਦਲਦੇ ਕਿਤੇ ਨਾ ਕਿਤੇ ਨਜ਼ਰ ਆਉਣਗੇ? ਦੇਖੋ ਸਮੀਕਰਨ ਲਗਭਗ ਉਹੋ ਜਿਹੇ ਰਹਿਣੇ ਆ। ਅੱਜ ਜੇ ਕਾਂਗਰਸ 3.5-3.5 ਲੱਖ ਵੋਟ ਲੈ ਜਾਂਦੀ ਜੀ, ਜਿਹੜੀ ਕਿ ਬੜੀ ਵਧੀਆ ਸੰਭਾਵਨਾ ਉਹਦੀ, ਅਤੇ ਕਾਂਗਰਸ ਇਹ ਸੀਟ ਜਿੱਤਦੀ ਜੀ। ਇਹ ਆ ਵੀ ਕੋਈ ਵੀ ਧਿਰ ਅਕਾਲੀ ਦਲ ਆਪਣਾ ਜਿਹੜਾ ਵੋਟ ਬੈਂਕ ਆ ਉਹਨੂੰ ਬਚਾ ਕੇ ਰੱਖ ਲਏ, ਜਾਂ ਕੋਈ ਇੱਕ ਧਿਰ ਬਿਲਕੁਲ ਥੱਲੇ ਨਾ ਜਾ ਵੱਜੇ, ਨਹੀਂ ਤਾਂ ਇਹ ਕਾਂਗਰਸ ਲਈ ਬਹੁਤ ਸੁਖਾਵਾਂ ਮਾਹੌਲ ਆ ਜੀ। ਪਰ ਦੂਜੇ ਪਾਸੇ ਇਹ ਵੀ ਹੈ ਕਿ ਪੰਥਕ ਸੀਟ ਹੋਣ ਦੇ ਖਾਤਰ ਤਾਂ ਅੰਮ੍ਰਿਤਪਾਲ ਸਿੰਘ ਜੀ ਨੂੰ ਵੀ ਜਿਹੜਾ ਸਮਰਥਨ ਬਹੁਤ ਜ਼ਿਆਦਾ ਮਿਲਦਾ ਪਿਆ, ਜਦ ਕਿ ਕਈ ਪਿੰਡਾਂ ਨੇ ਤਾਂ ਪੂਰਾ ਤਹੱਈਆ ਹੀ ਕਰ ਲਿਆ ਕਿ ਵੀ ਅਸੀਂ ਉਹਦੇ ਉੱਤੇ ਇਹਨਾਂ ਨੂੰ ਕਿਸੇ ਅਸੀਂ ਪਾਰਟੀ ਦਾ ਬੂਥ ਲੱਗਣ ਹੀ ਨਹੀਂ ਦੇਵਾਂਗੇ। ਦੇਖੋ ਮੈਂ ਇਹੋ ਜਿਹੀ ਚੀਜ਼ ਤੁਹਾਡੇ ਕੋਲ ਜਿਵੇਂ ਸੁਣੀ ਕਿਸੇ ਕੋਲ ਸੁਣੀ ਆ, ਪਰ ਜਿੰਨਾ ਪਿੰਡਾਂ ਦਾ ਕਿਹਾ ਗਿਆ ਮੈਂ ਕਈਆਂ ਉਹਨਾਂ ਪਿੰਡਾਂ ਦੇ ਵਿੱਚ ਵੀ ਗਿਆ, ਪਰ ਇਹੋ ਜਿਹੀ ਮੈਨੂੰ ਗੱਲ ਲੱਗੀ ਨਹੀਂ। ਵੇਖੋ ਇਹ ਪੰਜਾਬ ਨੇ ਨਾ ਬਹੁਤ ਕਾਲਾ ਦੌਰ ਵੇਖਿਆ ਜੀ, ਪੰਜਾਬ ਨੇ ਬਹੁਤ ਮਾੜੇ ਹਾਲਾਤ ਵੇਖੇ ਜੀ। ਆਹ ਏਰੀਆ ਜਿਹੜਾ ਖਡੂਰ ਸਾਹਿਬ ਜਿਹੜਾ ਪਾਰਲੀਮੈਂਟ ਰਹੀ ਆ, ਸਭ ਤੋਂ ਵੱਧ ਜੇ ਖਾੜਕੂਆਂ ਦਾ ਜੇ ਉਹਨਾਂ ਨੇ ਤਸ਼ੱਦਦ ਕੀਤਾ ਤਾਂ ਇਸ ਇਲਾਕੇ 'ਤੇ ਕੀਤਾ, ਸਭ ਤੋਂ ਵੱਧ ਲੋਕ ਅੱਤਵਾਦ ਦੇ ਵਿੱਚ ਇਸ ਇਲਾਕੇ 'ਚ ਮਰੇ ਜੀ। ਜੇ ਪੁਲਿਸ ਦਾ ਤਸ਼ੱਦਦ ਹੋਇਆ ਤਾਂ ਇਸ ਇਲਾਕੇ 'ਚ ਹੋਇਆ ਜੀ। ਸੋ ਲੋਕ ਬਹੁਤ ਸੁਚੇਤ ਨੇ ਕਿ ਇਹਨੂੰ ਲੈ ਕੇ ਕਿ ਅਸੀਂ ਹਾਲਾਤ ਫਿਰ ਖਰਾਬ ਨਹੀਂ ਹੋਣ ਦੇਣੇ, ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਆਪਣੀ ਚੰਗੀ ਸੋਚ ਨੂੰ ਅੱਗੇ ਰੱਖਦੇ ਹੋਏ
ਵੋਟ ਪਾਉਣਗੇ, ਇਹ ਮੈਨੂੰ ਆਸ਼ਾ। ਜੀ ਤੁਸੀਂ ਦੱਸਿਆ ਕਿ ਤੁਸੀਂ ਜਿਹੜੀਆਂ ਸੰਸਦ ਵਿੱਚ ਵੀ ਕਈ ਕਮੇਟੀਆਂ ਦੇ ਮੈਂਬਰ ਰਹੇ ਹੋ, ਅਤੇ ਹੁਣ ਜਿਹੜਾ ਤੁਹਾਡੇ ਜੇ ਆਪਾਂ ਨਾ ਗੱਲ ਕਰਦੇ ਹਾਂ ਤਾਂ ਰਾਹੁਲ ਗਾਂਧੀ ਜੀ ਦੀ, ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਟਿੱਪਣੀਆਂ ਜਿਹੜੀਆਂ ਮੋਦੀ ਸਾਹਿਬ ਦੇ ਵੱਲੋਂ ਕੀਤੀਆਂ, ਜਿਹੜੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ, ਤਾਂ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਮੁਸਲਮਾਨਾਂ ਅਤੇ ਮੰਗਲ ਸੂਤਰ ਨੂੰ ਲੈ ਕੇ ਜਿਹੜਾ ਕਾਫੀ ਮੁੱਦਾ ਉਭਾਰਿਆ ਗਿਆ, ਕਿਵੇਂ ਦੇਖਦੇ ਹੋ? ਦੇਖੋ, ਇਹ ਇੱਕ ਉਹਨਾਂ ਦੀ ਸੋਚੀ ਸਮਝੀ ਸਾਜਿਸ਼ ਆ। ਅਲੀ ਬਜਰੰਗ ਬਲੀ ਸ਼ਮਸ਼ਾਨ ਅਤੇ ਕੀ ਕਹਿੰਦੇ ਹੁੰਦੇ ਉਹਨੂੰ, ਸ਼ਮਸ਼ਾਨ ਅਤੇ ਕਬਰਸਤਾਨ, ਇਸ ਤਰ੍ਹਾਂ ਦੀਆਂ ਕਰਕੇ ਇਹ ਹਮੇਸ਼ਾ ਹੀ, ਕਿਉਂਕਿ ਮੋਦੀ ਜੀ ਨੇ ਜੇ 10 ਸਾਲ 'ਚ ਕੁਝ ਕੀਤਾ ਹੋਵੇ, ਕੋਈ ਮਹਿੰਗਾਈ ਨੂੰ ਕੰਟਰੋਲ ਕੀਤਾ, ਕੋਈ ਇਕੋਨਮੀ ਨੂੰ ਉੱਪਰ ਚੁੱਕਿਆ ਹੋਵੇ, ਕੋਈ ਨੌਕਰੀਆਂ ਦਿੱਤੀਆਂ, ਉੱਥੇ ਉਹ ਗੱਲ ਕਰ। ਜੇ ਇੱਕ ਪ੍ਰਧਾਨ ਮੰਤਰੀ ਨੂੰ 10 ਸਾਲ ਪ੍ਰਧਾਨ ਮੰਤਰੀ ਰਹਿ ਕੇ ਵੀ ਅੱਜ ਧਰਮ ਦਾ ਆਸਰਾ ਲੈਣਾ ਪੈ ਰਿਹਾ, ਮੈਂ ਸਮਝਦਾ ਉਸ ਤੋਂ ਦਲੈਕੀ ਹੋਰ ਪ੍ਰਧਾਨ ਮੰਤਰੀ ਵੀ ਹੋ ਹੀ ਨਹੀਂ ਸਕਦੇ। ਉਹਨਾਂ ਨੇ ਜਿਹੜੇ ਚੰਗੇ ਕੰਮ ਕੀਤੇ ਉਹ ਦੱਸਣ, ਲੋਕਾਂ ਨੂੰ ਵਰਗਲਾਉਣ ਵਾਸਤੇ ਅਸੀਂ ਜੀ ਮੰਗਲ ਸੂਤਰ ਖੋਹ ਲੈਣਾ ਜੀ ਫਲਾਣਾ, ਇਹ ਕੋਈ ਇਹ ਮੈਂ ਸਮਝਦਾ ਪ੍ਰਧਾਨ ਮੰਤਰੀ ਦਾ ਲੈਵਲ ਹੀ ਹੈ ਨਹੀਂ। ਜੇ ਪ੍ਰਧਾਨ ਮੰਤਰੀ ਜੀ ਨੇ 10 ਸਾਲਾਂ 'ਚ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਦੱਸਣ ਨਾ ਵੀ ਮੈਂ ਆਹ ਕੀਤਾ, ਪੱਤਰਕਾਰਾਂ ਦੇ ਜਵਾਬ ਦੇ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇਹ ਸਭ ਦਰਸਾਉਂਦਾ ਕਿ ਮੋਦੀ ਜੀ ਹਾਰ ਵੱਲ ਵੱਧ ਰਹੇ। ਉਹ ਤਾਂ ਕਹਿੰਦੇ ਵੀ ਅਸੀਂ 400 ਪਾਰ ਦਾ ਟੀਚਾ ਮਿੱਥੀ ਬੈਠੇ ਅਤੇ ਪੂਰਾ ਜ਼ੋਰ ਲੱਗਿਆ ਹੋਇਆ ਅਤੇ ਅਸੀਂ ਅੱਜ ਪੂਰੇ ਉਹਦੇ ਨਾਲ ਜ਼ੋਰਾਂ ਸ਼ੋਰਾਂ ਜਿੱਤਾਂਗੇ ਵੀ, ਅਤੇ ਨਾਲ ਨਾਲ ਇਹ ਵੀ ਹੈ ਕਿ ਹੁਣ ਰਾਹੁਲ ਗਾਂਧੀ ਵੱਲੋਂ ਵੀ ਜਿਹੜੀ ਹੈ ਟਿੱਪਣੀ ਮੋਦੀ ਸਾਹਿਬ 'ਤੇ ਕਰ ਦਿੱਤੀ ਗਈ ਹੈ, ਅਤੇ ਅਡਾਨੀ ਅੰਬਾਨੀ ਨੂੰ ਲੈ ਕੇ, ਉਹਦੇ ਬਾਰੇ ਕੀ ਕਹਿੰਦੇ? ਵੇਖੋ, ਅਸੀਂ ਇੱਕ ਸੈਸ਼ਨ ਅਡਾਨੀ 'ਤੇ ਬਹਿਸ ਕਰਾਉਣ ਵਾਸਤੇ ਅਸੀਂ ਉਦੋਂ ਉੱਥੇ ਹਰ ਰੋਜ਼ ਪ੍ਰਦਰਸ਼ਨ ਕਰਦੇ ਰਹੇ ਜੀ। ਮੋਦੀ ਜੀ ਨੇ ਅਡਾਨੀ ਦੇ ਉੱਤੇ ਬਹਿਸ ਨਹੀਂ ਕਰਾਈ। ਹੁਣ ਇਹ ਕੀ ਸੋਚ ਰਹੇ ਆ, ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਮੇਰੇ ਹੁਣ ਪ੍ਰਧਾਨ ਮੰਤਰੀ ਨਹੀਂ ਰਹਿਣਾ, ਅਤੇ ਜਿਹੜਾ ਅਡਾਨੀ ਦਾ ਠੱਪਾ ਲੱਗਾ ਉਹਨੂੰ ਧੋਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਉਹਨਾਂ ਨੇ ਟਿੱਪਣੀ ਇਹੀ ਕੀਤੀ ਨਾ ਕਿ ਹੁਣ ਤੁਸੀਂ ਪਹਿਲਾਂ ਉਹਨਾਂ ਨੂੰ ਜੇ 10 ਸਾਲ ਪ੍ਰਧਾਨ ਮੰਤਰੀ ਨੂੰ ਇਹ ਪਤਾ ਸੀ ਵੀ ਅਡਾਨੀ ਬਾਨੀ ਕੋ ਕਾਲਾ ਧਨ ਆ, ਹੁਣ ਤਾਂ ਦਿਖੇ ਜੇ ਕੰਮ ਲਈ 1000 ਰੁਪਈਆ ਲਈ ED ਪਹੁੰਚ ਜਾਂਦੀ, ਇਨਕਮ ਟੈਕਸ ਪਹੁੰਚ। ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਲਈ ਬੱਸਾਂ ਦਾ ਅਰੇਂਜਮੈਂਟ ਕਰਤਾ, ਉੱਥੇ ਇਨਕਮ ਟੈਕਸ ਦਾ ਛਾਪਾ ਵੱਜ ਗਿਆ ਸੋਨੂੰ ਸੂਦ ਚੰਗਾ ਕੰਮ 'ਤੇ। ਅਡਾਨੀ ਬਾਨੀ ਕੋ ਜੇ ਇੰਨਾ ਧਨ ਸੀ ਤਾਂ ਮੋਦੀ ਜੀ ਸੁੱਤੇ ਕਿਉਂ ਪਏ? ਉਦੋਂ ਫੜਦੇ, ਉਹ ਟੈਂਪੂ ਰੋਕਦੇ ਕਿੱਥੇ? ਇਹ ਸਭ ਜਿਹੜਾ ਵਾ ਇੱਕ ਹਾਰ ਅਤੇ ਬਖਲਾਹਟ ਦੀ ਨਿਸ਼ਾਨੀ ਜੀ। ਐਜ਼ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਵੇਂ ਦੇਖਦੇ ਹੋ? 10 ਚੋਂ 4 ਨੰਬਰ ਦਿੰਦਾ। ਅਤੇ ਇਸ ਵੇਲੇ ਜੇ ਹੁਣ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਦੀ ਸਥਿਤੀ ਦੱਸਿਆ ਤੁਸੀਂ ਕਿ ਬਹੁਤ ਮਜ਼ਬੂਤ ਆ, ਇੰਡੀਆ ਲੈਵਲ 'ਤੇ ਮਜ਼ਬੂਤ ਆ, ਜਦਕਿ ਅਲਾਇੰਸ ਉੱਪਰਲੇ ਪਾਸੇ ਹੋਇਆ ਹੋਇਆ, ਉੱਪਰਲੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਅਲਾਇੰਸ ਚੱਲ ਰਿਹਾ, ਦੋਨੇ ਪਾਰਟੀਆਂ ਗੱਠਜੋੜ ਦੇ ਵਿੱਚ ਆ, ਪਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਇਹਨਾਂ ਦਾ ਗੱਠਜੋੜ ਨਹੀਂ ਹੋ ਸਕਿਆ, ਕਾਫੀ ਕਾਟੋ ਕਲੇਸ਼ ਰਿਹਾ, ਅਤੇ ਤੁਸੀਂ ਵੀ ਗੱਲ ਕਹਿ ਰਹੇ ਹੋ ਕਿ ਆਪ ਬਹੁਤ ਪਿੱਛੇ ਆ, ਤਾਂ ਇਹਨੂੰ ਫਿਰ ਕਿਵੇਂ ਦੇਖੋਗੇ, ਬਰਾਬਰ ਸਮੀਕਰਨ ਕਿਵੇਂ ਲਿਆ? ਕਮਲ ਜੀ ਤੁਸੀਂ ਇੱਕ ਗੱਲ ਵੇਖੋ, ਜਦੋਂ ਦੀ ਦੂਜੇ ਫੇਸ ਦੀ ਇਲੈਕਸ਼ਨ ਹੋਈ ਹੈ ਜੀ, BJP ਅਤੇ ਮੋਦੀ ਜੀ 400 ਪਾਰ ਦਾ ਨਾਰਾ ਭੁੱਲ ਗਏ ਜੀ, ਅਤੇ ਜੋ ਇਲੈਕਸ਼ਨ ਪੰਜਾਬ 'ਚ ਸ਼ੁਰੂ ਹੋਈ ਆ, ਭਗਵੰਤ ਮਾਨ ਜੀ ਅਤੇ ਆਪ 13-0 ਦਾ ਨਾਰਾ ਭੁੱਲ ਗਏ। ਬਿਲਕੁਲ। ਸੋ ਇਹ ਤੋਂ ਪਤਾ ਲੱਗਦਾ ਇਹਨਾਂ ਦੀ ਹਾਲਾਤ ਕੀ ਨੇ। ਅਸੀਂ ਅਸੂਲੀ ਤੌਰ 'ਤੇ ਆਪ ਦੇ ਖਿਲਾਫ ਸੀ, ਹੈ ਅਤੇ ਰਹਾਂਗੇ।
ਅਸੀਂ ਪੰਜਾਬ ਨੂੰ ਇਹਨਾਂ ਦੇ ਅਨਪੜ੍ਹਾਂ ਦੇ ਚੁਗਲ 'ਚੋਂ ਬਚਾਉਣਾ ਜੀ। ਸੋ ਮੈਂ ਸਮਝਦਾ ਕਿ ਇਸ ਤੋਂ ਬਾਅਦ ਆਪ ਦੇ ਵਿੱਚ ਬਹੁਤ ਵੱਡਾ ਤੂਫਾਨ ਆਊਗਾ, ਇਹਨਾਂ ਨੂੰ ਆਪਣੀ ਸਰਕਾਰ ਬਚਾਉਣੀ ਔਖੀ ਹੋ ਜਾਣੀ ਆ ਆ ਲੋਕ ਸਭਾ ਚੋਣਾਂ ਤੋਂ ਬਾਅਦ। ਅਤੇ ਕੇਜਰੀਵਾਲ ਦੇ ਉੱਤੇ NIA ਨੇ ਜਿਹੜੀ ਜਾਂਚ ਦੀ ਮੰਗ ਕੀਤੀ, ਕਿਉਂਕਿ ਖਾਲਿਸਤਾਨ ਨੇ ਸੰਬੰਧ ਦੱਸੇ ਜਾ ਰਹੇ, ਫੰਡਿੰਗ ਦੇ ਵੀ ਦੱਸਿਆ ਗਿਆ ਕਿ ਸਿੱਖ ਫੋਰ ਜਸਟਿਸ ਤੋਂ ਜਿਹੜੀ ਆ ਉਹਨਾਂ ਨੇ ਫੰਡਿੰਗ ਲਿੱਤੀ ਆ $1.6 crore ਦੀ ਹੈ। ਵੀਰ ਜੀ, ਇੱਕ ਗੱਲ ਮੈਂ ਸਪਸ਼ਟ ਕਹਿ ਦੇਣਾ ਚਾਹੁੰਦਾ, ਅਸੀਂ ਅੱਤਵਾਦ ਦੇ ਕਾਲੇ ਦੌਰ 'ਚੋਂ ਦੇਸ਼ ਬਚਾਉਣਾ ਜੀ, ਉਹ ਕਿੱਡਾ ਵੱਡਾ ਕੋਈ ਲੀਡਰ ਹੋਵੇ, ਕੋਈ ਅਫਸਰ ਹੋਵੇ, ਕੋਈ ਵਪਾਰੀ ਹੋਵੇ, ਜਿਹੜਾ ਵੱਖਵਾਦੀਆਂ ਦਾ ਸਾਥ ਦੇਊਗਾ ਉਹਦੇ 'ਤੇ ਹਮੇਸ਼ਾ ਹੀ ਕੜੀ ਕਾਰਵਾਈ ਦੀ ਮੰਗ ਕਰਾਂ, ਉਹ ਕੋਈ ਵੀ ਹੋਵੇ ਜੀ। ਅਤੇ ਇਹਦੇ ਨਾਲ ਨਾਲ ਹੁਣ ਅਸੀਂ ਇਹ ਜਾਣਨਾ ਚਾਹਾਂਗੇ ਕਿ ਲਾਸਟ ਸਵਾਲ ਦੇ ਵੱਲ ਵੱਧਦੇ ਹਾਂ, ਅਤੇ ਇਹਦੇ ਵਿੱਚ ਇਹ ਵੀ ਆ ਕਿ ਇਸ ਵੇਲੇ ਕਾਂਗਰਸ ਦੀ ਮਜ਼ਬੂਤ ਆ, ਅਤੇ ਕੁਲਬੀਰ ਸਿੰਘ ਜੀਰਾ ਅੱਜ ਹੋ ਸਕਦਾ ਕਿ ਨਾਮਜ਼ਦਗੀ ਪੱਤਰ ਭਰ ਦੇਣ, ਅਤੇ ਉਹਨਾਂ ਨੂੰ ਸਮਰਥਨ ਕਿੰਨਾ ਕੁ ਮਿਲ ਰਿਹਾ, ਅਤੇ ਨਾਲ ਨਾਲ ਇਸ ਵੇਲੇ ਕਿੰਨੀ ਕੁ ਵੋਟ ਜਿਹੜਾ ਰਿਸਪੋਂਸ ਹੈ ਵੋਟ ਬੈਂਕ ਦਾ ਤੁਹਾਡੇ ਵੱਲ ਆ ਗਿਆ? ਤੁਸੀਂ ਵੇਖੋ ਦਾ ਜੀ, ਆਹ ਲੋਕ ਆਪ ਹੀ ਸੁਣ ਕੇ ਇੱਥੇ ਆਏ ਆ ਵੀ ਅੱਜ ਕਾਗਜ਼ ਭਰਦੇ ਜੀ, ਉਹ ਇੰਨਾ ਉਤਸ਼ਾਹ ਇੰਨਾ ਪਿਆਰ ਕੁਲਬੀਰ ਜੀਰੇ ਨੂੰ ਮਿਲ ਰਿਹਾ, ਅਤੇ ਮੈਂ ਤੁਹਾਨੂੰ ਅੱਜ ਦੱਸਦਾ ਜਿੱਤੋ ਵੀ ਉਹਦੀ ਐਲਾਨ ਉਹਦਾ 4 ਨੂੰ ਹੋ ਜਾਣਾ।